ਸੋ ਦੂਜਿਆਂ ਨੂੰ ਹਸਾਉਣ ਵਾਲੀ ਆਪਣੀ ਕਾਮੇਡੀ ਰਾਹੀਂ ਅੱਜ ਖੁਦ ਫਿਲਮ ਦੇਖ ਕੇ ਆਏ ਨੇ ਬੂ ਮੈਂ ਡਰ ਗਈ। ਇਹਨਾਂ ਨੂੰ ਪੁੱਛਾਂਗੇ ਅੱਜ ਇਹਨਾਂ ਨੂੰ ਫਿਲਮ ਕਿਵੇਂ ਲੱਗੀ ਬੂ ਮੈਂ ਡਰ ਗਈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਸੋਨੀਆ, ਤੁਸੀਂ ਸਾਰੇ ਜਾਣਦੇ ਹੀ ਹੋ। ਅਗਰ ਫਿਲਮ ਬਾਰੇ ਗੱਲ ਕਰੀਏ ਤਾਂ ਫਿਲਮ ਬਹੁਤ ਸੋਹਣੀ ਆ, ਮਤਲਬ ਜਿੱਦਾਂ ਦਾ ਨਾਮ ਆਉਂਦਾ ਬੂ ਮੈਂ ਡਰ ਗਈ। ਡਰ ਮੈਨੂੰ ਥੋੜ੍ਹਾ ਲੱਗਿਆ ਪਰ ਮੈਂ ਹੱਸੀ ਬਹੁਤ ਜ਼ਿਆਦਾ। ਅਗਰ ਮੈਂ ਮਤਲਬ ਮੈਨੂੰ ਪੁੱਛੋ ਕਿ ਤੈਨੂੰ ਫਿਲਮ ਕਿੱਦਾਂ ਲੱਗੀ ਤਾਂ ਮੈਂ ਇੱਦਾਂ ਕਹੂੰਗੀ ਬਹੁਤ ਸੋਹਣੀ ਲੱਗੀ। ਅੱਛਾ, ਕੀ ਖਾਸ ਲੱਗਿਆ? ਖਾਸ ਇਹ ਲੱਗਿਆ ਮੈਨੂੰ, ਸਭ ਤੋਂ ਵਧੀਆ ਗੱਲ ਲੱਗੀ, ਇੱਕ ਤਾਂ ਉਹਦੇ 'ਚ ਉਹਨਾਂ ਨੇ ਆਰਟਿਸਟ ਇੱਕ ਤੋਂ ਇੱਕ ਲਿਆ ਹੋਇਆ, ਮਤਲਬ ਇੰਨੇ ਨਾਮੀ ਆਰਟਿਸਟ ਔਰ ਸਾਰੇ ਇੱਕ ਤੋਂ ਇੱਕ ਉੱਪਰ ਨਾ, ਔਰ ਸਾਰਿਆਂ ਨੇ ਮਤਲਬ ਆਪਣਾ ਕੰਮ ਇੰਨਾ ਸੋਹਣਾ ਕੀਤਾ ਕਿ ਜੇ ਤੁਸੀਂ ਪੁੱਛੋਗੇ ਇੱਕ ਬੈਸਟ ਤਾਂ ਦੱਸੋ ਤਾਂ ਮੈਂ ਇੱਕ ਨਹੀਂ ਦੱਸ ਸਕਦੀ ਕਿਉਂਕਿ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਆ। ਇਹ ਪੰਜਾਬੀ ਇੰਡਸਟਰੀ 'ਚ ਪਹਿਲੀ ਵਾਰ ਹੋਇਆ ਕਿ 52-54 ਕਲਾਕਾਰ ਇਸ ਫਿਲਮ ਦੇ ਵਿੱਚ ਆਏ, ਉਸ ਬਾਰੇ ਕੀ ਕਹੋਗੇ? ਉਸ ਬਾਰੇ ਮੈਂ ਕਹੂੰਗੀ ਕਿ ਇਹ ਇੱਕ ਤਰੱਕੀ ਦਾ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਉਹ ਤਰੱਕੀ ਕਰ ਰਹੀ ਆ ਕਿ ਇੱਕ ਫਿਲਮ ਦੇ ਅੰਦਰ ਤੁਸੀਂ ਇੰਨੇ ਨਾਮੀ ਆਰਟਿਸਟ ਦੇਖ ਰਹੇ ਹੋ ਔਰ ਸਾਰਿਆਂ ਨੇ ਇੰਨਾ ਸੋਹਣਾ ਕੰਮ ਕੀਤਾ। ਜਿਨ੍ਹਾਂ ਨੇ ਵੀ ਕੰਮ ਕੀਤਾ ਸਾਰੇ ਮੇਰੇ ਬਹੁਤ ਫੇਵਰੇਟ ਸੀ, ਸੀਰੀਅਸਲੀ। ਮਤਲਬ ਮੈਨੂੰ ਤਾਂ ਮਜ਼ਾ ਆਇਆ, ਤੁਹਾਨੂੰ ਸਾਰਿਆਂ ਨੂੰ ਮੈਂ ਇਹ ਬੋਲੂੰਗੀ ਕਿ ਜ਼ਰੂਰ ਆਓ ਫਿਲਮ ਦੇਖਣ। ਆਡੀਅੰਸ ਨੂੰ ਮੈਂ ਇਹ ਕਹੂੰਗੀ ਕਿ ਚੰਗਾ ਦੇਖੋ, ਬਹੁਤ ਮਤਲਬ ਚੰਗਾ ਬਹੁਤ ਘੱਟ ਆਉਂਦਾ ਔਰ ਜੇ ਕੋਈ ਚੰਗਾ ਤੁਹਾਨੂੰ ਦਿਖਾ ਰਿਹਾ ਤਾਂ ਉਹ ਦੇਖੋ ਤੁਸੀਂ। ਮੈਂ ਇਹ ਕਹੂੰਗੀ ਕਿ ਆਪਣੀ ਫੈਮਿਲੀ ਨੂੰ ਲੈ ਕੇ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ, ਸੋਹਣਾ ਕਨਸੈਪਟ ਹੈ, ਆਪਣੀ ਫੈਮਿਲੀ ਨਾਲ ਬੈਠ ਕੇ ਦੇਖੋ।